ਮੋਹਾਲੀ ਦੇ ਵਿੱਚ ਅੱਜ 78ਵਾਂ ਆਜ਼ਾਦੀ ਦਿਵਸ ਜਿਹੜਾ ਉਹ ਮਨਾਇਆ ਜਾ ਰਿਹਾ ਤਾਂ ਜਿਸ ਤੋਂ ਪਹਿਲਾਂ ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ਮੈਂਸ ਮੋਹਾਲੀ ਦੇ ਵਿੱਚ ਝੰਡਾ ਲਹਿਰਾਉਣਗੇ ਔਰ ਉੱਥੇ ਹੀ ਤਿਆਰੀਆਂ ਕਿਸ ਤਰੀਕਿਆਂ ਦੀਆਂ ਨੇ ਤਸਵੀਰਾਂ ਇੱਕ ਵਾਰ ਦਿਖਾ ਦਿੰਦੇ ਹਾਂ ਸਟੇਡੀਅਮ ਦੀਆਂ। ਇੱਥੇ ਤਮਾਮ ਜਿਹੜੇ ਕੈਡਿਟਸ ਨੇ ਜਾਂ ਫਿਰ ਗੱਲ ਕਰ ਲਈਏ ਜਿਹੜੇ ਪ੍ਰਦਰਸ਼ਨੀ ਦਿਖਾਉਣ ਵਾਲੇ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ। 96% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ। ਸਰਕਾਰੀ ਹਸਪਤਾਲਾਂ 'ਤੇ ਬਰਡਨ ਬਹੁਤ ਘੱਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ। ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਜ਼ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਘ ਨੇ ਬਹੁਤ ਪਰੇਸ਼ਾਨ ਕਰਿਆ ਅਤੇ ਜੀ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਈ ਲੈਂਦਾ ਰਿਹਾ, ਫਿਰ ਇੱਥੇ ਆ ਕੇ ਲਿੱਤੀ ਜੀ, ਟੈਸਟ ਫਰੀ ਹੋਇਆ, ਇੱਥੋਂ ਮੈਂ ਠੀਕ ਹੋ ਗਿਆ, ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ, ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ, ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ, ਟੋਟਲ ਪੇਪਰਲੈਸ ਹੈ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਵਧੀਆ ਕੰਮ ਕਰਿਆ ਸਰਕਾਰ ਨੇ, ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਿਹਾ ਜਾਂਦਾ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਅਸੀਂ ਜਦੋਂ ਸਹੁੰ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ। ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ, ਔਰ ਮੈਂ ਕੋਈ ਅਹਿਸਾਨ ਨਹੀਂ ਕਰ ਰਿਹਾ ਤੁਹਾਡੇ 'ਤੇ, ਮੇਰਾ ਫਰਜ਼ ਹੈ ਜੀ। ਸਕੂਲਾਂ ਦੇ ਵਿਦਿਆਰਥੀਆਂ ਨੇ ਜਾਂ ਫਿਰ ਪੁਲਿਸ ਦੀਆਂ ਵੱਖ ਵੱਖ ਟੁਕੜੀਆਂ ਨੇ ਉਹਨਾਂ ਵੱਲੋਂ ਸਿੱਧੇ ਤੌਰ ਦੇ ਉੱਪਰ ਤਿਆਰੀ ਕੀਤੀ ਗਈ ਹੈ। ਲੇਕਿਨ ਦੂਸਰੇ ਪਾਸੇ ਮੌਸਮ ਦੀ ਗੱਲ ਕਰ ਲਈਏ ਤਾਂ ਮੌਸਮ ਲਗਾਤਾਰ ਸਵੇਰੇ ਤੋਂ ਹੀ ਬਾਰਿਸ਼ ਜਿਹੜੀ ਉਹ ਹੋ ਰਹੀ ਹੈ, ਤੋਲੇਦਾਰ ਬਾਰਿਸ਼ ਦੇ ਵਿੱਚ ਵੀ ਇਹ ਜਿਹੜੀਆਂ ਪੁਲਿਸ ਦੀਆਂ ਟੁਕੜੀਆਂ ਨੇ ਆਪਣੀਆਂ ਮੋਰਚਾ ਸੰਭਾਲੀ ਖੜੀਆਂ ਨੇ। ਸੋ ਪੁਲਿਸ ਦੀ ਗੱਲ ਕਰ ਲਈਏ, ਤਮਾਮ ਪੁਲਿਸ ਬਲ ਜਿਹੜਾ ਉਹ ਤੈਨਾਤ ਕੀਤਾ ਗਿਆ, ਮੌਕੇ ਦੀਆਂ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ। ਹਰਜੋਤ ਸਿੰਘ ਬੈਂਸ ਜੋ ਕਿ ਕੈਬਨਿਟ ਮੰਤਰੀ ਪੰਜਾਬ ਨੇ, ਉਹ ਅੱਜ ਇੱਥੇ ਪਹੁੰਚਣਗੇ ਔਰ ਝੰਡਾ ਜਿਹੜਾ ਹੈਗਾ ਉਸਨੂੰ ਲਹਿਰਾਉਣਗੇ। 78ਵਾਂ ਇਹ ਆਜ਼ਾਦੀ ਦਿਵਸ ਲਗਾਤਾਰ ਜਿਹੜਾ ਮਨਾਉਣ ਦੀ ਤਿਆਰੀਆਂ ਸ਼ੁਰੂਆਤ ਕੀਤੀ ਹੋਈ ਹੈ ਸਵੇਰ ਤੋਂ ਹੀ। ਸੋ ਦੂਸਰੇ ਪਾਸੇ ਸਟੇਡੀਅਮ ਦੇ ਦੇਖ ਸਕਦੇ ਹੋ ਕਿ ਜਿਹੜੇ ਵਿਦਿਆਰਥੀ ਨੇ ਉਹ ਵੀ ਬੈਠੇ ਹੋਏ ਨੇ, ਵਿਦਿਆਰਥੀ ਦੀਆਂ ਜਿਹੜੀਆਂ ਪ੍ਰਦਰਸ਼ਨੀਆਂ ਨੇ ਉਹ ਵੀ ਪੂਰੀ ਜਿਹੜੇ ਜਵਾਜ਼ ਔਰ ਜੋਹਰ ਦਿਖਾਏ ਜਾਣਗੇ ਉਸ ਦੇ ਵਿੱਚ ਵੀ। ਸੋ ਸ਼ੁਰੂਆਤ ਦਾ ਜਿਹੜਾ ਸਮਾਂ ਹੈ, ਦੂਸਰੇ ਪਾਸੇ ਮੁੱਖ ਮਹਿਮਾਨ ਦੇ ਆਉਣ ਦੀ ਆਮਦ ਨੂੰ ਲੈ ਕੇ ਜਿਹੜਾ ਪੂਰਾ ਇੰਤਜ਼ਾਮ ਕੀਤਾ ਗਿਆ, ਝੰਡਾ ਫਹਿਰਾਇਆ ਜਾਵੇਗਾ 8:59 'ਤੇ ਇਹ ਝੰਡਾ ਜਿਹੜਾ ਫਹਿਰਾਉਣਾ ਹੈ। ਉਸ ਤੋਂ ਪਹਿਲਾਂ ਤਿਆਰੀਆਂ ਜਿਹੜੀਆਂ ਨੇ ਉਹ ਵੀ ਪੁਖਤਾ ਕੀਤੀਆਂ ਗਈਆਂ ਨੇ, ਪੁਲਿਸ ਬਲ ਜਿਹੜਾ ਹੈਗਾ ਝੰਡੇ ਦੇ ਬਿਲਕੁਲ ਨਜ਼ਦੀਕ ਤੈਨਾਤ ਕੀਤਾ ਗਿਆ। ਦੂਸਰੇ ਪਾਸੇ ਜਿਹੜੇ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਉਹ ਵੀ ਤਮਾਮ ਜਿਹੜਾ ਰੂਟ ਹੈ ਉਹ ਲਗਾਇਆ ਗਿਆ, ਟ੍ਰੈਫਿਕ ਐਡਵਾਈਜ਼ਰੀ ਜਿਹੜੀ ਹੈ ਉਹ ਕੱਲ੍ਹ ਰਾਤ ਤੋਂ ਹੀ ਜਾਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਲਗਾਤਾਰ ਹੁਣ ਗੱਲ ਕਰ ਲਈਏ ਤਾਂ ਹਰੇਕ ਵਰਗ ਜਿਹੜਾ ਇਸ ਆਜ਼ਾਦੀ ਦਿਵਸ ਮੌਕੇ ਪ੍ਰਦਰਸ਼ਨ ਕਰੇਗਾ, ਆਪਣੇ ਜੋਹਰ ਦਿਖਾਵੇਗਾ, ਤਾਂ ਉਸਨੂੰ ਪਹਿਲਾਂ ਤੋਂ ਹੀ ਫਾਈਨਲ ਡਰੈਸ ਜਿਹੜੀ ਰਿਹਰਸਲ ਕਰਵਾ ਲਿੱਤੀ ਗਈ ਸੀ। ਸੋ ਹੁਣ ਅੱਜ ਆਖਰੀ ਦਿਨ ਹੈਗਾ ਔਰ ਉਸ ਤੋਂ ਬਾਅਦ ਜਿਹੜਾ ਹੁਣ ਕੁਝ ਸਮੇਂ ਬਾਅਦ ਹੀ ਜਿਹੜੇ ਕੈਬਨਿਟ ਮੰਤਰੀ ਨੇ ਹਰਜੋਤ ਸਿੰਘ ਬੈਂਸ ਉਹ ਪਹੁੰਚ ਕੇ ਇੱਥੇ ਝੰਡਾ ਫਹਿਰਾਉਣਗੇ ਔਰ ਅੱਗੇ ਦੀ ਜਿਹੜੀ ਰਸਮੀ ਹੈ ਉਸਨੂੰ ਕੀਤਾ ਜਾਵੇਗਾ। ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕਾਂਗ, ਦੈਨਿਕ ਸਵੇਰਾ ਟੀਵੀ ਮੋਹਾਲੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ
इंस्टाग्राम एक्स और व्हाट्सएप चैनल पर।